ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਸੈਲੀਬ੍ਰਿਟੀ ਬੋਰਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ। ਸੋ ਮੇਰੇ ਨਾਲ ਹੈ ਮਿਸ ਪੰਜਾਬ ਦਾ ਕੰਪੀਟੀਸ਼ਨ ਲੜਨ ਵਾਲੀ ਮਿਸ ਲਕਸ਼ਮੀ ਅਗਰਵਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਸ਼ਮੀ ਅਗਰਵਾਲ ਅਤੇ ਅੱਜ ਆਪਾਂ ਸਾਰੇ ਇੱਥੇ ਆਏ ਹਾਂ ਟੈਲੈਂਟ ਸ਼ੋਅ 'ਚ ਫੋਰਐਵਰ 52 ਮਿਸਿਸ ਪੰਜਾਬਨ ਸੀਜ਼ਨ 7। ਗਿੱਧਾ ਹੈ, ਭੰਗੜਾ ਹੈ, ਬਹੁਤ ਕੁਛ ਹੈ। ਦਰਸ਼ਕਾਂ ਦਾ ਦਿਲ ਜਿੱਤਣ ਵਾਸਤੇ ਆਪਾਂ ਬਹੁਤ ਤਿਆਰੀਆਂ ਕੀਤੀਆਂ, ਬਹੁਤ ਦਿਨ ਤੋਂ ਚੱਲ ਰਹੀਆਂ, ਸਾਰਿਆਂ ਨੇ ਬਹੁਤ ਅੱਛੀਆਂ ਤਿਆਰੀਆਂ ਕੀਤੀਆਂ ਅਤੇ ਉਮੀਦ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਚੰਗੀ ਲੱਗੇਗੀ। ਊੜਾ ਐੜਾ ਈੜੀ ਸੱਸਾ ਹਾ ਹਾ ਬੋਲਣਾ ਕਦੇ ਨਾ ਡੋਲਣਾ। ਅਸੀਂ ਤਾਂ ਹੁਣ ਇਸ ਮੰਚ ਦੇ ਰਾਹੀਂ ਸਾਰਿਆਂ ਨੂੰ ਆਪਾਂ ਇੱਕ ਆਪਣਾ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਰੇ ਵੱਧ ਤੋਂ ਵੱਧ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀਏ, ਆਪਣੀ ਪੰਜਾਬੀ ਬੋਲੀ ਨੂੰ ਨਾ ਭੁੱਲੀਏ। ਇਹ ਮੰਚ ਅਸੀਂ ਖਾਸ ਕਰਕੇ ਇੰਨੀ ਤਿਆਰੀ ਇਸੇ ਵਾਸਤੇ ਕੀਤੀ ਹੈ ਅਤੇ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ। ਨਵੇਂ ਸਾਲ ਤੋਂ ਆਪਾਂ ਸਾਰੇ ਆਪਣੇ ਜਿਹੜੇ ਬੱਚੇ ਹੈ ਉਹਨਾਂ ਨੂੰ ਵੀ ਆਪਣੇ ਸੱਭਿਆਚਾਰ ਦੇ ਨਾਲ ਜੁੜਨ ਵਾਸਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ, ਉਹਨਾਂ ਦੇ ਨਾਲ ਆਪਾਂ ਅੱਗੇ ਵਧੀਏ। ਧੰਨਵਾਦ ਜੀ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਸੈਲੀਬ੍ਰਿਟੀ ਬੋਰਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ। ਸੋ ਮੇਰੇ ਨਾਲ ਗੁਰਲੀਨ ਜੀ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਮਿਸ ਪੰਜਾਬਨ ਵਾਸਤੇ ਕਿੱਦਾਂ ਦੀਆਂ ਤਿਆਰੀਆਂ ਮੈਮ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਗੁਰਲੀਨ ਕੌਰ ਪੁਰੀ, ਚੰਡੀਗੜ੍ਹ ਦੀ ਰਹਿਣ ਵਾਲੀ ਹਾਂ, ਚੰਡੀਗੜ੍ਹ 'ਚ ਹੀ ਵਿਆਹੀ ਹਾਂ। ਅੱਜ ਮਿਸਿਸ ਪੰਜਾਬਨ ਸੀਜ਼ਨ 7 ਦੀ ਫਾਈਨਲਿਸਟ ਹਾਂ। ਸਾਰਿਆਂ ਨੂੰ ਐਂ ਲੱਗ ਰਿਹਾ ਜਿਵੇਂ ਧੀਆਂ ਦਾ ਮੇਲਾ ਲੱਗਿਆ ਹੋਇਆ ਸਾਉਣ ਦੇ ਮਹੀਨੇ 'ਚ, ਤਾਂ ਹੱਸ ਰਹੀਆਂ, ਖੇਡ ਰਹੀਆਂ, ਗਾ ਰਹੀਆਂ ਨੇ ਅਤੇ ਲੱਗ ਹੀ ਨਹੀਂ ਰਿਹਾ ਮਾਹੌਲ ਹੀ ਨਹੀਂ ਹੈ ਕੰਪੀਟੀਸ਼ਨ ਵਾਲਾ। ਹੁਣ ਥੋੜ੍ਹਾ ਜਿਹਾ ਨਰਵਸਨੈਸ ਹੋ ਰਹੀ ਹੈ ਕਿਉਂਕਿ ਟੈਲੈਂਟ ਰਾਊਂਡ ਹੋਣ ਵਾਲਾ ਹੈ ਥੋੜ੍ਹੀ। ਅਗਰ ਗੱਲ ਕੀਤੀ ਜਾਵੇ, ਤੁਸੀਂ ਕਹਿ ਰਹੇ ਤੀਆਂ ਦਾ ਮੇਲਾ ਲਗਾਇਆ, ਤੀਆਂ ਦਾ ਮੇਲਾ ਹੋਵੇ ਤਾਂ ਬੋਲੀ ਨਾ ਹੋਵੇ, ਇੱਦਾਂ ਹੋ ਨਹੀਂ ਸਕਦਾ, ਤਾਂ ਕਿਹੜੀ ਬੋਲੀ ਸੁਣਾ ਰਹੇ ਹੋ? ਬਿਲਕੁਲ, ਹੱਸ ਲਓ ਨੀ ਕੁੜੀਓ, ਖੇਡ ਲਓ ਸਹੇਲੀਓ, ਹੱਸਣਾ ਖੇਡਣਾ ਰਹਿ ਜਾਊਗਾ, ਕੋਈ ਗੱਭਰੂ ਵਿਆਹ ਕੇ ਲੈ ਜਾਊਗਾ, ਕੋਈ ਗੱਭਰੂ ਵਿਆਹ ਕੇ ਲੈ ਜਾਊਗਾ, ਕੋਈ ਗੱਭਰੂ ਵਿਆਹ ਕੇ ਲੈ ਜਾਊਗਾ। ਧੰਨਵਾਦ ਜੀ। ਧੰਨਵਾਦ। ਨੀ ਮੈਂ ਆਵਾਂ ਆਵਾਂ ਆਵਾਂ, ਨੀ ਮੈਂ ਨੱਚਦੀ ਝੂਮਦੀ ਆਵਾਂ, ਮਾਰ ਹੁਲਾਰੇ ਸਿਖਰ ਚੜਾਵਾਂ, ਮੇਰੀ ਨੱਚਦੀ ਦੀ ਝਾਂਜਰ ਛਣ ਕੇ ਨੀ, ਨੀ ਮੈਂ ਨੱਚ ਲਪਟੋਲਾ ਬਣ ਕੇ ਨੀ, ਨੱਚੋ ਪੰਜਾਬੀਓ ਨੱਚ ਲਪਟੋਲਾ ਬਣ ਕੇ ਨੀ। ਤੁਸੀਂ ਸਾਈਕਲ ਚਲਾਈ ਜਾਂਦੇ ਹੋ, ਤੁਸੀਂ ਸਾਈਕਲ ਚਲਾਈ ਜਾਂਦੇ ਹੋ, ਵੀ ਉਹ ਤੁਹਾਡੀ ਕੀ ਲੱਗਦੀ ਜਿਹਨੂੰ ਮਗਰ ਬਿਠਾਈ ਜਾਂਦੇ ਹੋ। ਅਸੀਂ ਸਾਈਕਲ ਚਲਾਈ ਜਾਂਦੇ ਹਾਂ, ਅਸੀਂ ਸਾਈਕਲ ਚਲਾਈ ਜਾਂਦੇ ਹਾਂ, ਵੀ ਉਹ ਸਾਡੀ ਉਹ ਲੱਗਦੀ ਜਿਹਨੂੰ ਮਗਰ ਬਿਠਾਈ ਜਾਂਦੇ ਹਾਂ। ਧੰਨਵਾਦ ਜੀ। ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ, ਮੇਰੀ ਧਮਕ ਕਾਲ ਜੇ ਪੈਂਦੀ। ਬਸ ਜੀ, ਮੈਂ ਗਿੱਧਾ ਸੁਣਾ ਰਹੀ ਹਾਂ, ਬੋਲੀ ਪਾਵਾਂਗੀ। ਦਰਾਣੀ ਦੁੱਧ ਰੀੜ ਕੇ ਜਠਾਣੀ ਦੁੱਧ ਰੀੜ ਕੇ, ਦਰਾਣੀ ਦੁੱਧ ਰੀੜ ਕੇ ਜਠਾਣੀ ਦੁੱਧ ਰੀੜ ਕੇ, ਮੈਂ ਲੈਂਦੀਆਂ ਵਿੜਕਾਂ ਵੇ ਸਿੰਘਾ ਲਿਆ ਬੱਕਰੀ ਦੁੱਧ ਰੀੜਕਾਂ ਵੇ, ਸਿੰਘਾ ਲਿਆ ਬੱਕਰੀ ਦੁੱਧ ਰੀੜਕਾਂ ਵੇ। ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਨਾਲ ਰੁਪਿੰਦਰ ਗਰੇਵਾਲ ਜੀ, ਅਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਮਿਸ ਪੰਜਾਬਨ ਦੀ ਤਿਆਰੀ ਉਹਨਾਂ ਦੀ ਕਿੱਦਾਂ ਦੀ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੇਰੀ ਬਹੁਤ ਵਧੀਆ ਤਿਆਰੀ ਹੈ, ਫੁੱਲ ਕੌਨਫੀਡੈਂਸ ਨਾਲ ਆਏ। ਮੈਂ ਡਾਂਸ ਪਰਫੋਰਮ ਕਰ ਰਹੀ ਹਾਂ ਮੈਡਲੇ ਦੋ ਸੌਂਗਸ ਦੇ ਉੱਪਰ ਜੀ। ਮੈਂ ਐਕਟਿੰਗ ਕਰ ਰਹੀ ਹਾਂ ਕਿਉਂਕਿ ਮੈਂ ਇੱਕ ਆਰਟਿਸਟ ਹਾਂ, ਇਸ ਕਰਕੇ ਮੈਂ ਐਕਟਿੰਗ ਹੀ ਕਰ ਰਹੀ ਹਾਂ ਜੀ। ਮੈਨੂੰ ਹਜੇ 1 ਸਾਲ ਹੀ ਹੋਇਆ ਇਸ ਲਾਈਨ ਵਿੱਚ ਆਏ। ਹਾਂਜੀ, ਮੈਂ ਥੀਏਟਰ ਵੀ ਕੀਤਾ ਹੈ, 2-3 ਫਿਲਮਾਂ ਵਿੱਚ ਛੋਟੇ ਛੋਟੇ ਰੋਲ ਵੀ ਕਰ ਚੁੱਕੀ ਹਾਂ, ਅਤੇ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇੱਥੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ ਸਾਨੂੰ ਜੀ। ਐਲਾ ਕੁੜੇ, ਸਾਰਾ ਬਾਜ਼ਾਰ ਗਾ ਕੇ ਤਾਂ ਫੇਰ ਇਕੱਠਾ ਹੋਇਆ ਇਹ ਸਮਾਨ, ਅਤੇ ਸੂਟ ਨਹੀਂ ਲਿਆਈ ਨੱਥੇ ਦਰਜੀ ਕੋ, ਹਾਲੇ ਤਾਂ ਸੀਨਾ ਹੀ ਮਾਰੀ ਜਾਂਦਾ ਸੀ। ਮੈਂ ਕਿਹਾ ਛੇਤੀ ਕਰ, ਤਾਂ ਅੱਗੋਂ ਖਾਣ ਨੂੰ ਪਿਆ ਪੂਰਾ ਹੀ ਖਚਰਾ, ਜਿੰਨਾ ਦਾੜੀ ਦਾ ਚਿੱਟਾ ਓਨਾ ਹੀ ਦਿਲ ਦਾ ਕਾਲਾ, ਸੂਟਾਂ ਦੇ ਵਿੱਚੋਂ ਦੀ ਕੱਢੀ ਜਾਂਦਾ ਸੀ ਗੱਲਾਂ। ਮੈਂ ਤਾਂ ਫਿਰ ਉੱਥੇ 1 ਮਿੰਟ ਖੜੀ ਨਹੀਂ ਹੋਈ। ਹਾਂਜੀ, ਮੈਂ ਬੋਲੀ ਪਾ ਦਿੰਦੀ ਹਾਂ।
जे मामी तू नचना जानदी जे मामी तू नचना जानदी दे दे गिधे विच गेड़ा नी रूप तेरे दी गिट गिट लाली रूप तेरे दी गिट गिट लाली ते तो सोना केड़ा नी दीवा की करना चानण हो जू तेरा नी दीवा की करना चानण हो जू तेरा नी दीवा की करना चानण हो जू तेरा नी दीवा की करना ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨੱਚੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨੱਚ ਨੱਚ ਤਰ ਤਹਿਲਾਣਗੀਆਂ ਹੀ ਅੱਜ ਗਿੱਧੇ ਵਿੱਚ ਹਾਏ 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 ਨੱਚ ਕਿਵੇਂ ਪਾਣਗੀਆਂ ਹੀ ਅੱਜ ਗਿੱਧੇ ਵਿੱਚ ਹਾਏ ਨੱਚ ਗਿੱਧੇ ਵਿੱਚ ਪੜਕਾਂ ਪਾਣਗੀਆਂ ਅੱਜ ਗਿੱਧੇ ਵਿੱਚ ਹਾਏ ਮਿਸ ਪੰਜਾਬਣ ਵਾਸਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੀਆਂ ਬਹੁਤ ਤਿਆਰੀਆਂ ਬਹੁਤ ਕੀਤੀਆਂ ਡਾਂਸ ਦੀ ਤਿਆਰੀ ਕੀਤੀ ਕੁਛ ਪੰਜਾਬਣਾ ਨੂੰ ਉੜਾੜਾ ਪੂਰਾ ਨਹੀਂ ਆਉਂਦਾ ਸੋ ਦੋਸਤੋ ਆਪਾਂ ਕੁਝ ਹੋਰ ਗੱਲਾਂ ਬਾਤਾਂ ਕਰਦੇ ਹਾਂ ਤੇ ਜਾਣਦੇ ਹਾਂ ਹਾਂਜੀ ਮੈਮ ਕਿੰਨਾ ਕੁ ਟਫ ਹੁੰਦਾ ਆ ਮੈਰਿਜ ਤੋਂ ਬਾਅਦ ਇੱਦਾਂ ਦਾ ਕੰਪੀਟੀਸ਼ਨ ਕਰਨਾ ਟਫ ਤਾਂ ਬਹੁਤ ਹੁੰਦਾ ਬਟ ਮੇਰੇ ਹਸਬੈਂਡ ਦੀ ਮੈਨੂੰ ਸਪੋਰਟ ਹੈ ਮੇਰੇ ਫੈਮਿਲੀ ਮੈਂਬਰਸ ਦੀ ਮੈਨੂੰ ਸਪੋਰਟ ਹੈ ਬਲਕਿ ਮੈਨੂੰ ਸਾਰੇ ਸਪੋਰਟ ਕਰ ਰਿਹਾ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਆਦਾਬ ਸੈਲੀਬ੍ਰਿਟੀ ਬੋਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਸੋ ਮਿਸ ਪੰਜਾਬਣ ਵਾਸਤੇ ਸੋਹਣੀਆਂ ਸੋਹਣੀਆਂ ਮੁਟਿਆਰਾਂ ਜਿਹੜੀਆਂ ਸੱਜ ਚੁੱਕੀਆਂ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਜੀ ਉਹਨਾਂ ਦੀਆਂ ਤਿਆਰੀਆਂ ਕਿੱਦਾਂ ਦੀਆਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤਿਆਰੀ ਆਪਣੇ ਵੱਲੋਂ ਸਾਰਿਆਂ ਨੇ ਬਹੁਤ ਵਧੀਆ ਤਿਆਰੀਆਂ ਕੀਤੀਆਂ ਜ਼ੋਰਾਂ ਸ਼ੋਰਾਂ 'ਤੇ ਕੀਤੀਆਂ ਹਨ ਅੱਗੋਂ ਦੇਖੋ ਕੀ ਬਣਦਾ ਜੀ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਂ ਮੋਗੇ ਦੀ ਰਹਿਣ ਵਾਲੀ ਹਾਂ ਮੈਂ ਇੱਕ ਗੀਤ ਗਾਉਣ ਜਾ ਰਹੀ ਹਾਂ ਬਹੁਤ ਵਧੀਆ ਸੁਰਿੰਦਰ ਕੌਰ ਜੀ ਦਾ ਗੀਤ ਹੈ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂਵੇ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂਵੇ ਬੁੱਲੀਆਂ ਤੇ ਨਾ ਤੇਰਾ ਅੱਖੀਆਂ 'ਚ ਤੂੰ ਵੇ ਹਾਏ ਅੱਖੀਆਂ 'ਚ ਤੂੰ ਵੇ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹੱਸਿਆਂ 'ਚ ਤੂੰ ਹੱਸਦਾ ਥੈਂਕ ਯੂ ਜੀ ਮੈਮ ਅਗਰ ਗੱਲ ਕੀਤੀ ਜਾਵੇ ਮਿਸ ਪੰਜਾਬਣ ਦੀ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਟਫ ਜਿਹੜਾ ਤੁਹਾਨੂੰ ਕੰਪੀਟੀਸ਼ਨ ਮਿਲਣ ਵਾਲਾ ਟਫ ਤਾਂ ਹੈਗਾ ਟਫ ਹੈ ਸਾਰੇ ਤਿਆਰੀ ਖੂਬ ਕਰਕੇ ਆਏ ਹਨ ਬਾਕੀ ਕੁਐਸਚਨ ਆਨਸਰ ਰਾਊਂਡ 'ਤੇ ਪਤਾ ਲੱਗਦਾ ਹੈ ਕਿ ਕਿਵੇਂ ਦਾ ਹੋਏਗਾ ਟਫ ਸਭ ਇੱਕ ਤੋਂ ਇੱਕ ਨੇ ਕੋਈ ਵੀ ਘੱਟ ਨਹੀਂ ਗਾ ਇਸ ਕਰਕੇ ਟਫ ਹੈ ਕੰਪੀਟੀਸ਼ਨ ਅਤੇ ਸਹੀ ਗੱਲ ਹੈ ਜ਼ਿਆਦਾ ਜਜਮੈਂਟ ਉਦੋਂ ਹੀ ਹੋਣੀ ਹੈ ਜਦੋਂ ਕੁਐਸਚਨਿੰਗ ਰਾਊਂਡ ਆਉਣੀ ਹੈ ਬਾਕੀ ਟੈਲੈਂਟ ਤਾਂ ਹਰ ਇੱਕ 'ਚ ਹੈਗਾ ਧੰਨਵਾਦ